ਕੁਵੈਤ ਚ ਲੱਗੀ ਬਿਲਡਿੰਗ ਨੂੰ ਅੱਗ, ਪੰਜਾਬ ਚ ਉੱਜੜ ਗਿਆ ਘਰ। 63 ਸਾਲਾ ਸ਼ਖਸ ਦੀ ਹੋਈ ਦਰਦਨਾਕ ਮੌਤ। ਪਰਿਵਾਰ ਚ ਇਕੱਲਾ ਹੀ ਸੀ ਕਮਾਉਣ ਵਾਲਾ। ਦੱਸ ਦੇ ਕੇ ਕੁਵੈਤ ਚ ਬਿਲਡਿੰਗ ਨੂੰ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ਵਿੱਚ ਇੱਕ ਪੰਜਾਬੀ ਸ਼ਖਸ ਦੀ ਵੀ ਹੁਣ ਮੌਤ ਹੋ ਗਈ ਹੈ। ਤਾਂ ਮੌਤ ਦੀ ਖਬਰ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਤਾਂ ਦੱਸਦੇ ਕਿ ਮ੍ਰਿਤਕ ਦਾ ਨਾਮ ਹਿੰਮਤ ਰਾਏ ਹੈ ਅਤੇ ਉਮਰ 63 ਸਾਲ ਹੈ। ਤਾਂ ਪਿਛਲੇ ਕਰੀਬ 30 ਸਾਲ ਤੋਂ ਆਪਣੇ ਪਰਿਵਾਰ ਦੀ ਰੋਜ਼ੀ ਰੋਟੀ ਦੇ ਲਈ ਕੁਵੈਤ ਦੇ ਵਿੱਚ ਹੀ ਕੰਮ ਕਰ ਰਿਹਾ ਸੀ, ਪਰ ਹੁਣ ਦਰਦਨਾਕ ਹਾਦਸੇ ਦੇ ਵਿੱਚ ਉਸਦੀ ਮੌਤ ਹੋ ਗਈ ਹੈ। ਤਾਂ ਦੱਸ ਦੇ ਕਿ ਮਾਮਲਾ ਹੁਸ਼ਿਆਰਪੁਰ ਤੋਂ ਸਾਹਮਣੇ ਆਇਆ, ਜਿੱਥੇ ਇਸ ਪਰਿਵਾਰ ਦੇ ਕਮਾਉਣ ਵਾਲੇ ਸ਼ਖਸ ਦੀ ਮੌਤ ਹੋਈ ਹੈ। ਤਾਂ ਇਸਦੇ ਘਰ ਦੇ ਵਿੱਚ ਇਸਦੀ ਪਤਨੀ ਅਤੇ ਇੱਕ ਬੱਚਾ ਹੈ ਜੋ ਕਿ ਹਾਲੇ 10ਵੀਂ ਕਲਾਸ ਦੇ ਵਿੱਚ ਪੜ੍ਹਦਾ ਹੈ। ਤਾਂ ਉਸਦੀਆਂ ਧੀਆਂ ਨੇ 2 ਜਿਨ੍ਹਾਂ ਦਾ ਵਿਆਹ ਹੋ ਚੁੱਕਿਆ। ਤਾਂ ਪਰਿਵਾਰ ਦੇ ਵਿੱਚ ਉਹ ਇਕੱਲਾ ਸ਼ਖਸ ਸੀ ਜਿਹੜਾ ਕਮਾਉਂਦਾ ਸੀ ਅਤੇ ਉਸਦੇ ਸਿਰ 'ਤੇ ਹੀ ਘਰ ਦਾ ਗੁਜ਼ਾਰਾ ਹੁੰਦਾ ਸੀ, ਅਤੇ ਹੁਣ ਪਰਿਵਾਰ ਦਾ ਇਹ ਸਹਾਰਾ ਵੀ ਖੁੱਸ ਗਿਆ। ਮ੍ਰਿਤਕ ਦੀ ਪਤਨੀ ਅਤੇ ਜੁਆਈ ਨੇ ਦੁੱਖ ਬਿਆਨ ਕਰਦੇ ਦੱਸਿਆ ਕਿ ਹਿੰਮਤ ਰਾਏ ਪਿਛਲੇ ਤਕਰੀਬਨ 30 ਸਾਲ ਤੋਂ ਕੁਵੈਤ ਦੇ ਵਿੱਚ ਕੰਮ ਕਰ ਰਿਹਾ ਸੀ। ਤਾਂ ਪਰਿਵਾਰ ਦਾ ਗੁਜ਼ਾਰਾ ਵਧੀਆ ਚੱਲ ਰਿਹਾ ਸੀ। ਉਹਨਾਂ ਦੱਸਿਆ ਕਿ ਹਿੰਮਤ ਰਾਏ ਦਾ ਇੱਕ ਬੇਟਾ ਅਤੇ 2 ਬੇਟੀਆਂ ਨੇ। ਤਾਂ ਬੇਟਾ ਹਲੇ 10ਵੀਂ ਦੇ ਵਿੱਚ ਪੜ੍ਹਦਾ ਹੈ, ਜਦਕਿ ਧੀਆਂ ਦਾ ਵਿਆਹ ਹੋ ਚੁੱਕਿਆ ਹੈ, ਅਤੇ ਹੁਣ ਪਰਿਵਾਰ ਦੇ ਵੱਲੋਂ ਪ੍ਰਸ਼ਾਸਨ ਅੱਗੇ ਮਦਦ ਦੀ ਗੁਹਾਰ ਲਗਾਈ ਗਈ ਹੈ। ਉਹਨਾਂ ਦੀ 62 ਸਾਲ ਦੀ ਹੋਣੀ, 62 ਸਾਲ ਹੋ ਗਏ ਸੀ ਜਿਹਨਾਂ ਨੂੰ ਗਿਆ, ਉਹਨਾਂ ਨੂੰ 29-30 ਸਾਲ ਹੋ ਗਏ ਸੀ ਬਾਹਰ। ਹਾਂਜੀ, ਇਹ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਿਆ ਭਾਣਾ ਖਬਰ 'ਤੇ? ਇਹ ਸਾਨੂੰ ਕੱਲ੍ਹ ਇੱਕ ਸਵੇਰੇ ਫੋਨ ਆਇਆ ਸੀ ਕਿਸੇ ਦਾ, ਸਵੇਰੇ ਪਰ ਕੰਪਨੀ ਤੋਂ ਨਹੀਂ, ਕਿਸੇ ਬੰਦੇ ਦਾ ਹੀ ਆ ਰਿਹਾ ਸੀਗਾ। ਤਾਂ ਉਹਨਾਂ ਨੇ ਮੈਨੂੰ ਕਿਹਾ ਵੀ ਮੈਨੂੰ ਕਿਸੇ, ਉਹਨਾਂ ਨੇ ਉਹ ਸ਼ਾਇਦ ਮੈਨੂੰ ਵੀ ਜਾਣਦੇ ਹੋਣ ਪਰ ਮੈਨੂੰ ਪਤਾ ਨਹੀਂ ਇਸ ਗੱਲ ਦਾ। ਤਾਂ ਉਹਨਾਂ ਨੇ ਮੇਰੇ ਨਾਲ ਗੱਲ ਨਹੀਂ ਕੀਤੀ, ਕਹਿੰਦੇ ਤੁਸੀਂ ਕੌਣ ਬੋਲਦੇ? ਮੈਂ ਇਹਨਾਂ ਦਾ ਨਾਂ ਲਿਆ, ਕਹਿੰਦੇ ਹਿੰਮਤ ਰਾਜ ਦੀ ਵਾਈਫ ਬੋਲਦੇ ਆ। ਮੈਂ ਕਿਹਾ ਹਾਂਜੀ। ਕਹਿੰਦੇ ਤੁਸੀਂ ਹੋਰ ਕਿਸੇ ਨਾਲ ਗੱਲ ਕਰਾ ਦਿਉ, ਮੇਰਾ ਬੇਟਾ ਆ ਛੋਟਾ ਜਿਹਾ, ਉਹ ਵੀ ਸੁੱਤਾ ਪਿਆ ਸੀਗਾ। ਤਾਂ ਮੈਂ ਫਿਰ ਉਹਨਾਂ ਗੱਲ ਕਿ ਉਹ ਬੋਲਣ ਲੱਗ ਪਏ, ਕਹਿੰਦੇ ਐਵੇਂ ਬੇਵਕੂਫਾ ਵਾਂਗਰ ਕਹਿੰਦੇ ਗੱਲ ਕਰੀ ਜਾਂਦਾ ਆ ਬਈ, ਕਹਿੰਦੇ ਪਤਾ ਨਹੀਂ ਬਈ ਕੀ ਗੱਲ ਉਹ ਗੱਲ ਕਿ ਮੰਮੀ ਇੱਦਾਂ ਕਹਿੰਦੇ ਆ। ਮੈਂ ਫਿਰ ਮੈਂ ਇੱਕ ਸਾਡੇ ਪਿੰਡ ਦਾ ਮੁੰਡਾ ਸਲੇਮ ਪੜ੍ਹਦਾ, ਮੈਂ ਫਿਰ ਉਹਨੂੰ ਫੋਨ ਲਾਇਆ। ਉਹ ਕਹਿੰਦੇ ਅੰਕਲ ਜੀ ਠੀਕ ਠਾਕ ਵਾ, ਉਹ ਹੋਸਪਿਟਲ ਦਾਖਲ ਹੋਇਆ ਐਮਰਜੈਂਸੀ 'ਚ, ਵੀ ਠੀਕ ਆ, ਮੈਂ ਦੇਖ ਕੇ ਆਉਣਾ ਉਹਨਾਂ ਨੂੰ। ਤਾਂ ਫਿਰ ਅਸੀਂ ਕਾਫੀ ਵਾਰੀ ਫੋਨ ਲਗਾਇਆ, ਤਾਂ ਉਹਨੂੰ ਕਿਹਾ ਵੀ ਮੈਂ ਦੇਖਦਾ ਹੋਸਪਿਟਲ 'ਚ ਵੀ ਬਹੁਤ ਇਸ ਤਰ੍ਹਾਂ ਦੇ ਕੇਸ ਹੋ ਗਏ ਆ, ਵੀ ਪਤਾ ਨਹੀਂ ਲੱਗਦਾ ਕਿਹੜੇ ਕਿਹੜੇ ਹੋਸਪਿਟਲ ਦੇ ਵਿੱਚ ਵਾ ਉਹ। ਤਾਂ ਫਿਰ ਉਹ ਕਿਸੇ ਹੋਰ ਦਾ ਜਿਹਦਾ ਸਾਨੂੰ ਸਵੇਰੇ ਫੋਨ ਆਇਆ ਸੀਗਾ ਨਾ, ਫਿਰ ਉਹਨਾਂ ਦਾ ਹੀ ਫੋਨ ਫਿਰ 11 ਵਜੇ ਨਾ ਗਿਆ। ਤਾਂ ਫਿਰ ਉਹਨਾਂ ਨੇ ਦੱਸਿਆ ਵੀ ਇਸ ਤਰ੍ਹਾਂ ਮੇਰੀ ਬੇਟੀ ਨਾਲ ਹੀ ਗੱਲ ਹੋਈ ਉਹਨਾਂ ਦੀ। ਹਾਂਜੀ, ਵਾਰਡ ਵਿੱਚ ਕਮਾਉਣ ਵਾਲੇ ਇਕੱਲੇ ਸੀਗੇ? ਹਾਂਜੀ ਹਾਂਜੀ, ਇਕੱਲੇ ਹੀ ਸੀ। ਸ਼ਾਸਨ ਵੱਲੋਂ ਸਹਿਯੋਗ ਮਿਲ ਰਿਹਾ ਜੀ ਕੋਈ? ਅਜੇ ਤਾਂ ਕੋਈ ਨਹੀਂ, ਹੁਣ ਕਰੂਗੇ, ਉਹਨਾਂ ਦੀ ਜ਼ਿੰਮੇਵਾਰੀ ਆ, ਉਹ ਹੁਣ ਦੇਖੂਗੇ ਸਾਡੀ ਕੋਈ ਘਰ 'ਚ ਕਮਾਉਣੇ ਵਾਲਾ ਕੋਈ ਬੰਦਾ ਹੈ। ਬੇਟਾ ਮੇਰਾ ਛੋਟਾ ਆ, 16 ਸਾਲਾਂ ਦਾ, 10ਵੀਂ ਕਲਾਸ 'ਚ ਪੜ੍ਹਦਾ ਆ। ਹੁਣ ਮੈਂ ਵੀ ਆਪਣੀ ਜ਼ਿੰਦਗੀ ਕੱਟਣੀ ਆ, ਨਹੀਂ ਬੇਟੇ ਦੀ ਵੀ ਅਜੇ ਸਾਰੀ ਪੜ੍ਹਾਈ ਲਿਖਾਈ ਸਾਰੀ ਜ਼ਿੰਮੇਵਾਰੀ ਸਾਡੇ ਸਿਰ 'ਤੇ ਹੀ ਆ। ਹੁਣ ਪ੍ਰਸ਼ਾਸਨ ਕੁਛ ਕਰੇਗਾ ਤਾਂ ਤਦੇ ਸਾਡਾ ਬੇਟਾ ਅੱਗੇ ਜਾਏਗਾ। ਠੀਕ, ਪਰਿਵਾਰ 'ਚ ਕੌਣ ਕੌਣ? ਬਸ ਮੇਰੇ, ਮੈਂ ਇਕੱਲੀ, ਇੱਕ ਮੇਰਾ ਬੇਟਾ ਆ। ਹਾਂਜੀ, 2 ਮੇਰੀਆਂ ਬੇਟੀਆਂ ਆ, ਉਹਨਾਂ ਦੀ ਮੈਰਿਜ ਹੋ ਗਈ ਗਈ ਆ। ਇਹ ਮੇਰੇ ਮਦਰ ਇਨ ਲਾਅ ਆ। ਹਾਂਜੀ ਹਾਂਜੀ, ਉਹਨਾਂ ਦਾ ਹਿੰਮਤ ਰਾਏ, ਮੇਰੇ ਫਾਦਰ ਇਨ ਲਾਅ। ਹਾਂਜੀ ਹਾਂਜੀ, ਅਤੇ ਕਿੱਦਾਂ, ਕਿਸ ਤਰ੍ਹਾਂ ਪਤਾ ਲੱਗਿਆ ਜੀ ਡੈਥ? ਬਸ ਸਿਰਫ ਕਾਲ ਹੀ ਆਈ ਆ, ਉੱਥੋਂ ਉਹਨਾਂ ਦੇ ਕੋਈ ਕੰਪਨੀ ਦਾ ਹੀ ਕੋਲੀਗ ਸੀਗਾ ਜਿਹਨਾਂ ਨੇ ਕਾਲ ਕੀਤੀ ਸਵੇਰੇ, ਅਤੇ ਆ ਮੇਰਾ ਜਿਹੜਾ ਛੋਟਾ ਭਰਾ ਵਾਈਫ ਦਾ, ਇੰਨਾ ਹੀ ਗੱਲ ਹੋਈ ਆ। ਅਤੇ ਉਦੋਂ ਵੀ ਸਾਨੂੰ ਯਕੀਨ ਨਹੀਂ ਹੋਇਆ, ਅਤੇ ਬਾਅਦ 'ਚੋਂ ਸੇਮ ਕਾਲ ਹੀ 11 ਵਜੇ ਸਾਨੂੰ ਲੱਗ ਗਿਆ ਆਈ ਆ, ਅਤੇ ਅਸੀਂ
ਕਨਫਰਮ ਹੋ ਕਹਿੰਦਾ ਕਨਫਰਮ, ਫਿਰ ਹੀ ਪਤਾ ਲੱਗਾ ਸਾਨੂੰ। ਔਰ ਪਤਾ ਲੱਗਿਆ ਕਿ ਸ਼ੁਰੂਆਤ ਵਿੱਚ ਮਾਨਗੜ੍ਹੀ ਇਕੱਲੇ? ਹਾਂਜੀ, ਉਹ ਫਾਦਰ ਇਕੱਲੇ ਸੀ ਅਤੇ ਦੋ ਬੇਟੀਆਂ ਵਾ, ਉਹ ਵਿਆਹੀਆਂ ਹੋਈਆਂ, ਅਤੇ ਆ ਛੋਟਾ ਭਰਾ ਉਹ ਦਸਵੀਂ 'ਚ ਪੜ੍ਹਦਾ। ਉਹਨਾਂ ਨੂੰ ਇਸ ਜਹਾਨ ਤੋਂ ਜਾਣ ਦਾ ਬੜਾ ਵੱਡਾ ਕਿਸ ਤਰ੍ਹਾਂ ਮੰਗ ਪੈਰ ਤੋਂ ਕੋਈ ਇਹੀ ਕਹਿੰਦੇ ਕਿ ਸਰਕਾਰ ਨੂੰ ਕੁਛ ਨਾ ਕੁਛ ਕਰਨਾ ਚਾਹੀਦਾ ਬਿਲਕੁਲ, ਅਤੇ ਕੋਈ ਕਮਾਉਣ ਵਾਲਾ ਇੱਕੋ ਹੀ ਸਾਧਨ ਸੀਗਾ, ਅਤੇ ਉਹਨਾਂ ਨੂੰ ਦੇਖਣਾ ਚਾਹੀਦਾ ਕਿ ਉਹ ਛੋਟਾ ਬੱਚਾ ਹਜੇ ਐਡਮਿਨਿਸਟ੍ਰੇਸ਼ਨ ਵੱਲੋਂ ਸਹੀ ਜੁਗਦੇ ਅਜੇ ਤਾਂ ਕੋਈ ਨਹੀਂ ਆਇਆ, ਅਤੇ ਕੋਈ ਅਫਸਰ ਬਸ ਸਿਰਫ ਕੱਲ੍ਹ ਤਹਿਸੀਲਦਾਰ ਹੀ ਆਏ ਸੀ, ਅਤੇ ਉਹਨਾਂ ਨੇ ਜਸਟ ਇਹੀ ਦੱਸਿਆ ਕਿ ਬੋਡੀ ਆ ਰਹੀ, ਬਸ ਹੋਰ ਕੋਈ ਗੱਲ ਨਹੀਂ ਹੋਈ। ਅੱਛਾ, ਬੋਡੀ ਵੱਲ ਨਹੀਂ ਹਜੇ ਕੋਈ ਸਿਆਸਤਦਾਨ ਕੋਈ ਕੋਈ ਗੱਲ ਪ੍ਰਸ਼ਾਸਨਿਕ ਅਧਿਕਾਰੀ ਵੀ ਪੈਂਦਾ? ਕੋਈ ਨਹੀਂ, ਕੁਛ ਨਹੀਂ ਆਇਆ। ਠੀਕ ਹੈ, ਅਤੇ ਇਹਦੀ ਅੰਮ੍ਰਿਤ ਦੇ ਦੁਆਰੇ ਹਾਂਜੀ ਉਹ ਸ਼ਾਮ ਤੱਕ ਪਹੁੰਚ ਜਾਏਗੀ ਇੱਥੇ? ਠੀਕ ਹੈ, ਹਾਂਜੀ। ਅੱਛਾ, ਸੰਸਕਾਰ? ਸੰਸਕਾਰ ਹਜੇ ਸ਼ਾਇਦ ਵੇਟ ਕਰਨਗੇ, ਅਤੇ ਇਹਨਾਂ ਦੇ ਮਾਸੀ ਦਾ ਲੜਕਾ ਆ ਰਿਹਾ ਬ੍ਰਦਰ ਬਾਹਰੋਂ, ਸ਼ਾਇਦ ਵੇਟ ਕਰਨਗੇ। ਹਾਂਜੀ ਭਾਅ ਜੀ, ਕੀ ਨਾਮ ਹੈ ਤੁਹਾਡਾ ਜੀ? ਜਗਿੰਦਰ ਸਿੰਘ। ਕਿਹੜਾ ਮਹੱਲਾ? ਗਲੀ ਨੰਬਰ 1 ਗੁਰੂ ਅਮਰਦਾਸ ਨਗਰ। ਹਾਂਜੀ, ਹੁਸ਼ਿਆਰਪੁਰ। ਹੁਸ਼ਿਆਰਪੁਰ ਜੀ। ਅਤੇ ਇੱਕ ਪਤਾ ਲੱਗਾ ਕਿ ਇੱਕ ਵੀ ਮੌਤ ਹੋਈ ਹੈ ਇੱਥੋਂ ਦੇ ਵਸਨੀਕ? ਹਾਂਜੀ ਭਾਅ ਜੀ, ਜਿਹੜੀ ਹਾਂਜੀ ਹਾਂਜੀ ਹਿੰਮਤ ਰਾਜ ਸਿੰਘ ਆ ਉਹਨਾਂ ਦਾ। ਕੀ ਨਾਮ ਸੀ? ਹਿੰਮਤ ਰਾਜ। ਇਹ ਕਿੰਨੀ ਕੁ ਉਮਰ ਸੀਗੀ ਇਹਨਾਂ ਦੀ? ਉਮਰ ਸੀਗੀ ਕੋਈ 40-45 ਸਾਲ ਤੋਂ ਉੱਪਰ ਸੀਗੇ, 50 ਕੁ ਸਾਲ ਦੇ ਗੇੜ 'ਚ। ਇਸ ਕੁਵੈਤ ਕਦੋਂ ਕਦੇ ਗਏ ਸੀ ਕੋਈ? ਇਹ ਕਾਫੀ ਚਿਰ ਤੋਂ ਸੀ ਕੁਵੈਤ 'ਚ ਰਹਿੰਦੇ, 20-22 ਸਾਲ ਤੋਂ ਉਮਰ ਕਾਫੀ ਉੱਥੇ ਹੀ ਉਹਨਾਂ ਦਾ ਸੀਗਾ। ਹਾਂਜੀ, ਪਿੱਛੇ ਬੱਚੇ ਦੋ ਬੇਟੀਆਂ ਵਾ, ਉਹ ਵਿਆਹੀਆਂ ਹੋਈਆਂ, ਬੇਟਾ ਛੋਟਾ ਜਿਹਾ ਜੀ, ਉਹ ਤਕਰੀਬਨ 12ਵੀਂ ਕੀ ਕਲਾਸ 'ਚ ਪੜ੍ਹਦਾ। ਅੱਛਾ ਜੀ, ਬਾਗਪੁਰ। ਅਤੇ ਇਹਨਾਂ ਦੀ ਮੌਤ ਦੀ ਖਬਰ ਕਦੋਂ? ਮੌਤ ਦੀ ਖਬਰ ਕੱਲ੍ਹ ਪਤਾ ਲੱਗਾ। ਅੱਛਾ ਜੀ, ਹਾਂਜੀ। ਕੁਦਰੋਂ ਫੋਨ ਆਇਆ ਜਾਂ ਕਿ ਕਿਸ ਤਰ੍ਹਾਂ ਪੰਜਾਬ? ਇਹਨਾਂ ਨੂੰ ਫੋਨ ਆਇਆ ਬਸ ਜਾਣਗੀ। ਅਤੇ ਕਿਹੋ ਜਿਹੇ ਇਨਸਾਨ ਸੀ? ਤਿੰਨਾਂ ਬਹੁਤ ਚੰਗੇ ਸੀ, ਵਧੀਆ ਵਧੇ ਸੀ, ਚੰਗੇ ਸੀ। ਕੋਈ ਇੱਥੋਂ ਪ੍ਰਸ਼ਾਸਨਿਕ ਨੁਮਾਇੰਦਾ ਤੋਂ ਕਿਤਾਰੀ ਆਇਆ ਤੁਸੀਂ ਉਹਨਾਂ ਦਾ ਹਾਲ ਪੁੱਛੋਗੇ ਕੋਈ ਦਰਖਾਸਤ ਹੋਈ? ਬਸ ਪੰਚ ਸਾਹਿਬ ਦੱਸ ਸਕਦੇ ਆ, ਜੋ ਕੱਕੂ ਪਿੰਡ ਦੇ ਹੈ, ਇੱਥੋਂ ਦੇ ਵੀ ਪੰਚ ਸਾਹਿਬ ਹੀ। ਹਾਂਜੀ, ਕੋਈ ਦੱਸ ਸਕਦੇ? ਪਰਿਵਾਰ 'ਚ ਮਿਲਣ ਤਾਂ ਕੌਣ ਕੌਣ ਹੈਗੇ? ਇਹਨਾਂ ਦੇ ਪਰਿਵਾਰ ਦੇ ਵਿੱਚ ਇਹ ਹੈਗੀ ਇੱਕ ਘਰ ਮਿਸਜ ਹੈ ਪਰਿਵਾਰ 'ਚ, ਇਹ ਦੋ ਬੇਟੀਆਂ ਸਰਜੀਤ, ਇੱਕ ਬੇਟਾ, ਬੇਟ ਦਾ ਨਾਂ ਅਰਸ਼ਦੀਪ ਹੈ ਜੀ, ਅਤੇ ਬੇਟੀ ਦਾ ਨਾਂ ਸੁਮਨ ਹੈ, ਇੱਕ ਦਾ ਦੂਜੇ ਬਾਹਰ ਆ ਉਹ ਆ ਰਹੇ, ਉਹ ਵੀ ਬੱਚੇ ਆ ਰਹੇ। ਠੀਕ, ਮ੍ਰਿਤਕ ਦੇ ਲਿਆਂਦੀ ਜਾ ਰਹੀ ਹੈ ਜੀ? ਹਾਂਜੀ, ਮ੍ਰਿਤਕ ਦੇ ਜਿਹੜੀ ਆ ਲਿਆਂਦੀ ਜਾਣੀ, ਅੱਜ ਜਾਣੀ ਸ਼ਾਮ ਤੱਕ ਇੰਡੀਆ ਆ ਜਾਣੀ, ਡੈਡ ਬੋਡੀ ਆ ਜਾਣੀ ਜੀ। ਇਹ ਸੰਸਕਾਰ ਇੱਥੇ ਵੀ? ਹਾਂਜੀ ਹਾਂਜੀ, ਸੰਸਕਾਰ ਇੱਥੇ ਸਾਰੇ ਰਿਸ਼ਤੇਦਾਰ ਇੱਥੇ ਆ, ਕਿਉਂਕਿ ਸੰਸਕਾਰ ਇੱਥੇ ਹੋਊਗਾ ਛੋਟਾ ਵਿਕਾਰ।